ਜਵੰਦਾ ਫਾਰਮ ਤੇ ਕਹਿੰਦਾ ਹਰ ਵਕਤ ਮੇਲੇ ਹੀ ਲੱਗਿਆ ਰਹਿੰਦਾ, ਉਹ ਵੀ ਟਰੈਕਟਰਾਂ ਦਾ ਤੇ ਦੇਖਣ ਵਾਲੇ ਗੱਭਰੂਆਂ ਦਾ ਜਿਹੜੇ ਟਰੈਕਟਰ ਤਿਆਰ ਕਰਾਉਣ ਦਿਆ। ਤੇ ਆਹ ਟਰੈਕਟਰ ਦੀ ਅੱਜ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂ, ਬਹੁਤ ਰੌਚਕ ਹੈਗੀ ਅਤੇ ਐਂਡ ਤੱਕ ਸੁਣਿਆ ਜ਼ਰੂਰ। ਅਤੇ ਆਪਾਂ ਵੀਰ ਤੋਂ ਪੁੱਛਦੇ ਹਾਂ ਵੀ ਕਿਹੜਾ ਮਾਡਲ ਹੈ ਇਹ ਅਤੇ ਕਿੰਨੇ ਦਾ ਆਇਆ ਸੀ ਅਤੇ ਕੀ ਇਹਦੇ ਹਾਲਾਤ ਸੀ, ਹੈ ਨਾ ਜੀ। ਅਤੇ ਪਹਿਲਾਂ ਤਾਂ ਬਾਈ ਨਾਲ ਗੱਲ ਕਰਾਉਣੀ ਜਿਹਨੇ ਇਹ ਦੁਬਾਰਾ ਤੋਂ ਰੀਮੋਡੀਫਾਈ ਕਰੇਗਾ, ਤਿਆਰ ਕਰਿਆ ਕਹਿਣ ਦਾ ਭਾਵ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਹੋ ਜੀ? ਠੀਕ ਹੈ ਬਾਈ ਜੀ, ਬਹੁਤ ਵਧੀਆ ਜੀ। ਸੋ ਮਿੰਟੂ ਜਵੰਦਾ ਜੀ ਅਤੇ ਜਿਨ੍ਹਾਂ ਨੇ ਆਹ ਟਰੈਕਟਰ ਦੁਬਾਰੇ ਤੋਂ ਬਹਾਲ ਕਰਿਆ। ਅਤੇ ਬਾਈ ਜੀ ਜੇ ਗੱਲ ਕਰੀਏ ਇਸ ਟਰੈਕਟਰ ਬਾਰੇ, ਹੈ ਨਾ, ਤੇ ਇਹ ਟਰੈਕਟਰ ਨੂੰ ਕੀ ਪ੍ਰੋਬਲਮ ਆ ਗਈ ਸੀ ਜਿਹੜੀ? ਇਹਨੂੰ ਅੱਗ ਲੱਗ ਗਈ ਸੀ ਦੀਵਾਲੀ ਵਾਲੇ ਦਿਨ। ਅੱਛਾ, ਹਾਂਜੀ, ਦੀਵਾਲੀ ਵਾਲੇ ਦਿਨ। ਹਾਂਜੀ ਹਾਂਜੀ, ਠੀਕ ਹੈ। ਤੇ ਕਿਹੜੇ ਪਿੰਡ ਦਾ ਇਹ? ਇਹ ਬਾਈ ਜੀ ਪਹੁੰਚੇ ਹੋਏ ਨੇ ਆਪਣੇ ਕੋਲ। ਆ ਜਾਓ ਬਾਈ ਮੜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਹਾਂਜੀ ਹਾਂ, ਵਧੀਆ। ਤੇ ਜੇ ਗੱਲ ਕਰੀਏ ਟਰੈਕਟਰ ਦੀ, ਹੈ ਨਾ ਜੀ, ਤੇ ਜਿਵੇਂ ਤੁਸੀਂ ਦੱਸਦੇ ਸੀ ਉਵੇਂ ਦੱਸੋ ਮੜਾ ਜਿਹਾ ਵੀ ਕਿਵੇਂ ਇਹ ਟਰੈਕਟਰ ਦਾ ਸੁਭਾਗ ਹੋਇਆ ਕਿ ਵੀ ਕਿਵੇਂ ਲਿਆਂਦਾ ਸੀ ਇਹ? ਇਹ ਟਰੈਕਟਰ ਮੈਂ 13 ਤਰੀਕ ਨੂੰ ਲੈ ਕੇ ਆਇਆ ਸੀ ਬਾਈ। 13 ਤਰੀਕ ਨੂੰ? ਹਾਂਜੀ ਹਾਂਜੀ। ਅੱਛਾ, ਆਉਣ ਵਾਲੀ ਦੀਵਾਲੀ ਤੇ ਜਿਹੜੀ ਪਿੱਛੇ ਲੰਘੀ ਦੀਵਾਲੀ, ਉਹਦੇ 13 ਤਰੀਕ ਨੂੰ ਇਹਨੂੰ ਅੱਗ ਲੱਗ ਗਈ ਸੀ। 13 ਤਰੀਕ ਨੂੰ ਹੀ ਲਿਆਂਦਾ ਸੀ? 13 ਤਰੀਕ ਨੂੰ ਹੀ ਅੱਗ ਲੱਗੀ ਆ? ਹਾਂਜੀ ਹਾਂ, ਠੀਕ ਆ। ਹਾਂਜੀ, ਮੇਰਾ ਪਿੰਡ ਖਨਾਲ ਕਲਾਂ, ਡਿਸਟ੍ਰਿਕਟ ਸੰਗਰੂਰ। ਠੀਕ ਹੈ ਜੀ। ਹਾਂਜੀ, ਤੇ 10 ਨੂੰ, 13 10 ਨੂੰ ਲਿਆਂਦਾ ਸੀ? ਹਾਂਜੀ ਹਾਂ। 13 12 ਨੂੰ? ਹਾਂਜੀ, ਇਹਨੂੰ ਅੱਗ ਲੱਗੀ ਆ। ਤੇ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਿਆ ਜੀ? ਕੋਈ ਅਸਤਵਾਜੀ ਆ ਗਈ ਸੀ ਵੀਰੇ ਦੀਵਾਲੀ ਵਾਲੀ ਰਾਤ। ਠੀਕ ਹੈ। ਸਵੇਰੇ 4 ਵਜੇ ਪਤਾ ਲੱਗਿਆ ਸੰਤ। ਠੀਕ ਹੈ ਜੀ। ਇਹ ਟਰੈਕਟਰ ਸਾਡਾ ਮਚ ਰਿਹਾ ਸੀ। ਠੀਕ ਹੈ। ਤੇ ਇੱਕ ਚੀਜ਼ ਹੋਰ ਤੁਹਾਨੂੰ ਪੁੱਛਦੇ ਆ, ਤੇ ਜਿੰਨੇ ਕ ਹੁਣ ਆਪਾਂ ਕਹਿ ਦਈਏ ਵੀ ਤੇ ਪੈਸੇ ਲੱਗੇ, ਉਹਨਾਂ ਦਾ ਮੁੱਲ ਮੁੜਿਆ ਜੀ? ਹਾਂ ਵੀਰੇ, ਹਾਂ ਹੈ ਮੁੜਿਆ ਜੀ। ਜਮਾ ਮੱਤ ਗਿਆ ਸੀ ਟਰੈਕਟਰ? ਬਿਲਕੁਲ ਪਿੱਛੇ ਡੈਮੇਜ ਸੀ ਵੀਰੇ ਸਾਰੇ। ਆ ਸ਼ੋਰ ਡੈਮੇਜ ਸੀ। ਠੀਕ ਹੈ ਜੀ। ਹਾਂਜੀ ਹਾਂ, ਹੁਣ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਇਸ ਵੀ ਦੁਬਾਰੇ ਤਿਆਰ ਹੋਇਆ, ਹੈ ਨਾ? ਨਵੀਂ ਏਜੰਸੀ ਚੋ ਜੇ ਲੈ ਜੀ, ਇਸ ਏਜੰਸੀ ਮੂਰੇ ਫੋਟੋ ਖਿਚਾ ਲਿਆ, ਕੋਈ ਕਹਿੰਦਾ ਨਹੀਂ ਹੈਗਾ ਵੀ ਹਾਰ ਪਾ ਕੇ ਤੋਰ ਰਹੇ ਹਾਂ। ਹਾਰ ਪਾ ਕੇ ਭਾਈ ਨੇ ਮਨ ਚ ਇਹ ਨਾ ਕਰ ਰਹੀ ਵੀ ਪੁਰਾਣਾ ਜੀ, ਹਾਂ ਨਵੇਂ ਵਾਲੀ ਲੋਕੀ ਦਿੱਤੀ ਹੈ ਜੀ। ਮਾਡਲ ਕਿਹੜਾ ਜੀ ਇਹ? ਇਹ 2020 ਮਾਡਲ ਹੈ। 2020 ਤੇ ਹੁਣ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਉਹ ਟਰੈਕਟਰ ਹੈ? ਨਹੀਂ ਵੀਰੇ, ਨਹੀਂ, ਜਿਹੜਾ ਘਰੇ ਮੱਚਿਆ ਖੜਾ ਸੀ ਕਿਸੇ ਟਾਈਮ, ਹੈ ਨਾ। ਤੇ ਸੋ ਤੁਸੀਂ ਰੰਗ ਪੇਂਟ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਉਹਦੇ ਲਈ ਗੱਲ, ਹੈ ਨਾ, ਜੇ ਬੰਦੇ ਦੀ ਨਾ ਰੜ ਕੇ ਰੰਗ ਹੈ। ਟੂਕੇ ਪੇਂਟ ਹੈ ਜੀ, ਟੂਕੇ ਪੇਂਟ ਹੈ ਜੀ, ਨਾਲ ਏਜੰਸੀ ਜੀ ਲੈ ਕੇ ਆਪਾਂ ਮਾਰਿਆ ਜੀ ਪੇਂਟ ਇਹ। ਠੀਕ ਹੈ ਜੀ। ਹਾਂਜੀ, ਤੇ ਬਾਕੀ ਇਹਦੇ ਚ ਕੀ ਕੀ ਬਦਲਾ ਕਰੇ ਜੀ? ਕੋਈ ਬਦਲਾ ਤਾਂ ਦੇਖੋ, ਜਿਵੇਂ ਏਜੰਸੀ ਜੋ ਨਵਾਂ ਨਿਕਲਦੇ ਅੱਜ, ਹਾਂਜੀ, ਸਾਰੇ ਉਹੀ ਪਾੜ ਦੇ ਜੀ, ਇਹਦੇ ਕੋਈ ਐ ਨਹੀਂ ਵੀ ਆਪਾਂ ਅਲੱਗ ਲਾਇਆ ਜੀ। ਠੀਕ ਹੈ ਜੀ। ਬੈਂਪਰ ਤੋਂ ਲਾ ਕੇ ਬੈਕ ਤੱਕ ਜੀ, ਟੋਟਲ ਸਮਾਨ ਹੀ ਨਵਾਂ ਲੱਗਿਆ ਜੀ। ਹਾਂਜੀ, ਲੱਗਿਆ ਰੇ ਨਾਲ ਹੀ ਆ ਜੀ, ਲੱਗਿਆ ਰੇ, ਕੱਲਾ ਸਟੀਅਰਿੰਗ ਵੀਲ ਆਪਾਂ ਜਿਹੜਾ ਜਾ ਰਿਹਾ ਉਹ ਲਾਇਆ ਜੀ ਇਹਦੇ। ਅੱਛਾ, ਹਾਂਜੀ ਹਾਂਜੀ, ਆਏ ਹਾਏ ਹਾਏ ਹਾਏ, ਕੀ ਬਾਤ ਆ, ਅੱਲਾ ਹੀ ਮੜਿਆ ਬਾਈ, ਥੱਲੇ ਕਰ ਲਈਏ, ਪਿੱਛੋਂ ਵੀ ਦਿਖਾ ਟਰੈਕਟਰ, ਇਧਰੋਂ ਕੋਈ ਨਵਾਂ ਬਦਲਾ ਤਾਂ ਹੋਰ ਕਰਿਆ ਨੀ, ਹੈਨਾ। ਤੇ ਇੱਕ ਇੰਨਾ ਇੰਨੀ ਜਗ੍ਹਾ ਨੀ ਦੀ ਪੇਂਟ ਬਣ ਗਿਆ ਜਿਵੇਂ ਆਪਾਂ ਕਹਿ ਦਈਏ। ਬਾਕੀ ਬਾਈ ਇੱਕ ਤਾਂ ਆਪਣੀ ਲੋਕੇਸ਼ਨ ਬੋਲ ਦਿਓ, ਹੈ ਨਾ, ਤੇ ਇੱਕ ਨੰਬਰ ਜ਼ਰੂਰ ਬੋਲ ਦਿਓ। ਆਪਣਾ ਬਰਨਾਲਾ ਏਰੀਆ ਜੀ। ਹਾਂਜੀ, ਜਵੰਦਾ ਫਾਰਮ ਨਾਮ ਤੇ ਜੀ ਆਪਣਾ। ਠੀਕ ਹੈ ਜੀ। ਫੇਸਬੁੱਕ ਪੇਜ ਵੀ ਹੈ ਜੀ। ਹਾਂਜੀ, ਤੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਜਿਵੇਂ ਅਰਜਨ ਹੋ ਗਿਆ ਜੀ। ਹਾਂਜੀ, ਜਿਵੇਂ ਆ ਵੀ ਆਪਣੇ ਕੋਲ ਨਾੜ ਗਿਆ ਜੀ ਫੁੱਲ ਪੇਂਟ। ਹਾਂਜੀ, ਜਾਂ ਆ ਗਿਆ ਜੀ ਫਾਲਿੰਗ ਵਾਲਿਆਂ ਦਾ ਜੀ। ਹਾਂਜੀ, ਇਹਦੇ ਵੀ ਆਪਾਂ ਕਈ ਚੀਜ਼ਾਂ ਬਦਲਣੀਆਂ ਨੇ ਜੀ। ਠੀਕ ਹੈ ਜੀ। ਹਾਂਜੀ, ਤੇ ਬਾਕੀ ਜਿਵੇਂ ਗੱਲ ਕਰੀਏ ਦੋਸਤੋ, ਇੱਕ ਬੰਦਾ ਕੁਛ ਨਹੀਂ ਕਰ ਸਕਦਾ, ਬਾਈ ਦੀ ਪੂਰੀ ਟੀਮ, ਬਾਈ ਦੀ ਪੂਰੀ ਟੀਮ ਇਹਦੇ ਵਿੱਚ ਬਾਈ ਨੂੰ ਹਿੱਸਾ ਦਿੰਦੀ ਹੈ, ਹੈ ਨਾ। ਅਤੇ ਬਾਕੀ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਸਾਰੀ ਕਰਾਮਾਤ ਇਹਨਾਂ ਦੀ ਹੈ। ਹਾਂਜੀ, ਇਹਨਾਂ ਦੀ ਦੇਖੋ ਜੀ, ਹੈਂ ਆਪਾਂ ਕੌਣ ਹੁੰਦੇ, ਜ਼ੋਰ ਤਾਂ ਲਾਉਂਦੇ ਆ ਨਾ ਗੱਲ ਤੇ। ਤੇ ਕੋਵਿਡ ਡੈਂਟਰ ਜੀ। ਹਾਂਜੀ ਹਾਂਜੀ, ਡੈਂਟਾ ਤੁਸੀਂ ਕੱਢ ਦਿਓ, ਹੈ। ਤੇ ਉਹ ਮੁੰਡਾ ਨਾਲ ਸਪੋਰਟਿੰਗ ਦੇ, ਹੈ ਨਾ, ਉਹ ਹਰ ਇੱਕ ਪੱਖ ਤੋਂ ਕਹਿ ਦਈਏ ਪੂਰਾ। ਹਾਂਜੀ ਹਾਂਜੀ, ਤੇ ਸੋ ਦੋਸਤੋ, ਹਾਂਜੀ, ਕਿਆ ਬਾਤ ਆ,
ਇਹ ਵੀ ਬਹੁਤ ਸੋਹਣਾ ਤਿਆਰ ਹੋਇਆ ਹਨਾ ਹਾਂਜੀ ਇਹਦੇ ਵੀ ਸਟicker ਟੁਕਰ ਰਹਿੰਦੇ ਆ ਇਹ ਲਵਾ ਕੇ ਇਹਦੀ ਵੀਡੀਓ ਤਾਂ ਨਹੀਂ ਆਪਾਂ ਪਹਿਲਾਂ ਪਾਈ ਇਹਦੀ ਪਾਈ ਨਹੀਂ ਪਾਵਾਂਗੇ ਜੀ ਆਪਾਂ ਠੀਕ ਹੈ ਯਾਰ ਇਹਦਾ ਮੇਨ ਮੁੱਦਾ ਆਪਾਂ ਜਿਆ ਜੌਂਡੀਅਰ ਹੀ ਦਿਖਾਉਣਾ ਸੀਗਾ ਜੀ ਜੌਂਡੀਅਰ ਹੀ ਦਿਖਾਉਣਾ ਸੀ ਵੀ ਇੱਕ ਚੀਜ਼ ਐ ਹੋ ਜਾਂਦੀ ਹੈ ਹਰੇਕ ਨੂੰ ਐ ਹੁੰਦਾ ਹਨਾ ਨਵਾਂ ਤਾਂ ਹਰੇਕ ਹੀ ਬਣਾ ਲੈਂਦਾ ਜੀ ਹਾਂ ਪੁਰਾਣੇ ਨੂੰ ਨਵਾਂ ਬਣਾ ਕੇ ਤੋਰ ਰਹੇ ਹਾਂ ਜੀ ਪੁਰਾਣੇ ਨੂੰ ਨਵਾਂ ਇਹੋ ਚੀਜ਼ ਹੈਗੀ ਜੀ ਪੁਰਾਣਾ ਵੀ ਨਹੀਂ ਕਹਿ ਸਕਦੇ ਬਈ ਇੱਕ ਜੱਟ ਵਿਚਾਰਾ ਮਾਰਚ ਪਿਆ ਸੀ ਹਨਾ ਉਹਦੇ ਕਰਕੇ ਆਏ ਵੀ ਅੱਜ ਆਪਾਂ ਨਵੇਂ ਵਾਲੀ ਲੁੱਕ ਹੀ ਦਿੱਤੀ ਹੈ ਜੀ ਇਹਨੂੰ ਨਵੇਂ ਵਾਲੀ ਲੁੱਕ ਦਿੱਤੀ ਹੈ ਤੇ ਹੁਣ ਬਾਈ ਨੂੰ ਵੀ ਅਹਿਸਾਸ ਨਹੀਂ ਹੋਣਾ ਵੀ ਯਾਰ ਮੇਰੇ ਘਰੇ ਕੋਈ ਪੁਰਾਣੀ ਚੀਜ਼ ਆ ਗਈ ਹੁਣ ਇਹ ਲੱਗਦਾ ਵੀ ਨਵੇਂ ਹੀ ਆ ਗਿਆ ਹਨਾ ਬਾਈ ਜੀ ਹਾਂ ਵੀਰੇ ਹਾਂ ਤੇ ਹੁਣ ਐਂ ਤਾਂ ਨਹੀਂ ਲੱਗਦਾ ਵੀ ਪੁਰਾਣੀ ਚੀਜ਼ ਨਹੀਂ ਨਹੀਂ ਵੀਰੇ ਨਹੀਂ ਬਾਈ ਜੀ ਵੀ ਦੱਸਦੇ ਜੀ ਕਹਿੰਦੇ ਸਾਨੂੰ ਸਾਰੇ ਪਿੰਡ ਹੀ ਕਹਿੰਦਾ ਜੀ ਆਪਾਂ ਨਵਾਂ ਲੈ ਲਓ ਜੀ ਉਹਨੂੰ ਵਿੱਚ ਦੇ ਕੇ ਹਾਂਜੀ ਜਦੋਂ ਬਾਈ ਆਪਾਂ ਨੂੰ ਮਿਲੇ ਆਪਾਂ ਕਿਹਾ ਵੀ ਆਪਾਂ ਇਹਨੂੰ ਹੀ ਨਵਾਂ ਬਣਾਵਾਂਗੇ ਜੀ ਠੀਕ ਹੈ ਬਾਲਾ ਖਰਚਾ ਤਾਂ ਨਹੀਂ ਆਇਆ ਨਹੀਂ ਨਹੀਂ ਕੋਈ ਖਰਚਾ ਨਹੀਂ ਬਸ ਮਨ ਦੇ ਵਿੱਚ ਇਹੀ ਸੀ ਵੀ ਇਸ ਨੂੰ ਤਿਆਰ ਕਰਾਉਣਾ ਵੀਰੇ ਠੀਕ ਆ ਵੀ 13 ਤਰੀਕ ਨੂੰ ਆਇਆ ਹਾਂ ਹਾਂ ਤੇ 13 ਨੂੰ ਇੱਕ ਸੱਚ ਹੋਰ ਵੀ ਦੱਸਦੇ ਸੀ ਕਹਿੰਦੇ ਬਾਈ ਮਿੰਟੂ ਨੇ 13 ਤਰੀਕ ਨੂੰ ਫੋਨ ਕਰਤਾ ਸੀ ਵੀ ਲੈ ਜੀ ਹਾਂ ਵੀ ਲਿਜਾਣਾ ਵੀ 13 ਸਾਨੂੰ ਥੋੜੀ ਬੈਰਿੰਗ ਦੀ ਦਿੱਕਤ ਆ ਰਹੀ ਸੀ ਉਹ ਅੱਛਾ ਜੀ 13 ਨੂੰ ਹਾਂ ਬਾਬੇ ਨਾਨਕ ਵਾਲੀ ਗੱਲ ਹੈ ਨਾ 13 ਤੋਂ ਲੱਗਿਆ ਸੀਗਾ ਸੋ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਵੰਦਾ ਫਾਰਮ ਤੇ ਖੜੇ ਆ ਤੇ ਬਰਨਾਲਾ ਏਰੀਆ ਪੈ ਜਾਂਦਾ ਸਰਜੀਤਪੁਰਾ ਕੋਠੇ ਤੇ 9854562662 ਦਾ ਜਿਹੜਾ ਫੋਨ ਨੰਬਰ ਹੈ ਤੇ ਬਾਈ ਕਰ ਦਿਓ ਵੰਡ ਦਿਓ ਆਪਣਾ ਹਾਂ ਲਓ ਜੀ ਵਾਹਿਗੁਰੂ ਦਾ ਨਾਮ ਹਨਾ ਲਓ ਜੀ ਵੰਡ ਦਿਓ ਬਾਈ ਇੱਧਰ ਮਤਲਬ ਰੱਬ ਪਰਮਾਤਮਾ ਆਏ ਹਾਏ ਹਾਏ ਕਿਆ ਬਾਤ ਆ ਅਤੇ ਵੰਡ ਦਿਓ ਬਾਈ ਸਾਰਿਆਂ ਨੂੰ ਸੋ ਦੋਸਤੋ ਇੱਥੇ ਜ਼ਰੂਰ ਆ ਕੇ ਦੇਖੋ ਕਿਉਂਕਿ ਰੰਗ ਪੇਂਟ ਦੀ ਕੋਈ ਕਸਰ ਨਹੀਂ ਛੱਡਦੇ ਕੋਈ ਇੰਜਣ ਪੱਖੋਂ ਹਰ ਇੱਕ ਪ੍ਰਕਾਰ ਦੀ ਆਪਾਂ ਕਹਿ ਦਈਏ ਕਸਰ ਇੱਥੇ ਰਹਿੰਦੀ ਨਹੀਂ ਹੈਗੀ ਜਿਵੇਂ ਆਹ ਅਰਜਨ ਸੀ ਪੁਰਾਣਾ ਸੀ ਜਮ੍ਹਾਂ ਨਵਾਂ ਹੀ ਬਣਾਤਾ ਆਹ ਜੌਂਡੀਅਰ ਇਹ ਵੀ ਜਮ੍ਹਾਂ ਨਵਾਂ ਹੀ ਬਣਾਤਾ ਇੱਧਰ 9811 ਖੜਾ ਇਹ ਵੀ ਜਮ੍ਹਾਂ ਨਵੀਂ ਬਣਾਤਾ ਉਹ ਤਾਂ ਨਵਾਂ ਹੈ ਨਾ ਆਹ ਦੇਖੋ ਆਹ ਚੀਜ਼ਾਂ ਜਿਹੜੀਆਂ ਹੁਣ ਤੁਹਾਨੂੰ ਆਪਾਂ ਬੈਕ ਤੋਂ ਵੀ ਦਿਖਾ ਦਈਏ ਹੈ ਨਾ ਟਰੈਕਟਰ ਅਤੇ ਇੱਧਰ ਦੀ ਫੜੀ ਪੁੱਤਰ ਹੁਣ ਤੂੰ ਤਾਂ ਲੰਘ ਜਾਏਗਾ ਹੈ ਨਾ ਬਿਜਲੀ ਅਤੇ ਬਾਕੀ ਉੱਧਰੋਂ ਦਿਖਾ ਦੇ ਮਾੜਾ ਟਰੈਕਟਰ ਅਤੇ ਆਹ ਦੇਖੋ ਤੁਸੀਂ ਹੈ ਨਾ ਅਤੇ ਪਿੱਛੋਂ ਜਮ੍ਹਾਂ ਅੱਗ ਲੱਗ ਕੇ ਜਮ੍ਹਾਂ ਮੱਚ ਗਿਆ ਸੀ ਇਹ ਅਤੇ ਹੁਣ ਤੁਸੀਂ ਪਿੱਛੋਂ ਦੇਖ ਲਓ ਬਾਈ ਹੋਕਾ ਇੱਕ ਸਾਰਾ ਕੁਝ ਦਿਖਾ ਦੇ ਜਿੱਥੋਂ ਜਿੱਥੋਂ ਆਪਾਂ ਮੱਚਿਆ ਸੀ ਇਹ ਟੈਂਕੀ ਟੱਲਾ ਸਾਰਾ ਕੁਝ ਨਵਾਂ ਲੱਗਿਆ ਹੋਇਆ ਟਰੈਕਟਰ ਦੇ ਪਿੱਛੋਂ ਬੈਕ ਤੋਂ ਸਾਰੇ ਟਰੈਕਟਰ ਵੀ ਦਿਖਾ ਲਿਆ ਪੁੱਤ ਕਿਵੇਂ ਕਿਵੇਂ ਤਿਆਰ ਹੋਏ ਹੋਏ ਨੇ ਉੱਧਰੋਂ ਦਿਖਾ ਲਿਓ ਸਾਰੇ ਅਤੇ ਇੱਥੋਂ ਵੀ ਸਾਰਾ ਇਹ ਉਹ ਹੋਇਆ ਹੋਇਆ ਨਾ ਸਾਰੇ ਦੁਬਾਰਾ ਤੋਂ ਬਹੁਤ ਸੋਹਣਾ ਹੋਇਆ ਅਤੇ ਆਹ 9811 ਦੇਖ ਸਕਦੇ ਹੋ ਇਹਦੀ ਵੀ ਪਿੱਛੋਂ ਬੈਕ ਲੁੱਕ ਬਹੁਤ ਸੋਹਣੀ ਬਣੀ ਹੋਈ ਆ ਅਤੇ ਉਹ ਤਾਂ ਨਵੀਂ ਆ ਬੁੱਧ ਸਰ ਇੰਨੀ ਦੇਰੀ ਆਇਆ ਅਤੇ ਅਰਜਨ ਦਿਖਾ ਦੇ ਅਰਜਨ ਵੀ ਕਿਸੇ ਟਾਈਮ ਆਇਆ ਕਹਿੰਦਾ ਸੀ ਵੀ ਮੈਨੂੰ ਕੌਣ ਰੱਖੂਗਾ ਹੈ ਨਾ ਬਈ ਇਹ ਵੀ 10 ਮਾਡਲ ਆ ਜੀ 10 ਮਾਡਲ ਆ ਤੇ ਅੱਜ ਦੀ ਘੜੀ ਇਹ 24 ਮਾਡਲ ਬਣ ਗਿਆ 24 ਬਣ ਗਿਆ ਇਹਨੂੰ ਵੀ ਆਪਾਂ ਕੱਲ੍ਹ ਤੋਂ ਆ ਵੀ 20 ਮਾਡਲ ਆ ਇਹ ਵੀ 24 ਬਣ ਗਿਆ ਹੁਣ ਆਹ ਜਿਹੜਾ ਜੌਂਡੀਅਰ ਤੁਸੀਂ ਦੇਖ ਰਹੇ ਹੋ ਇਹ ਵੀ 24 ਮਾਡਲ ਬਣ ਗਿਆ ਤੇ ਲਿਆ ਪੁੱਤ ਇੱਧਰ ਤੇ ਬਾਕੀ ਆਹ ਬਹੁਤ ਸੋਹਣਾ ਲਾਇਆ ਗਾ ਰਿਜਨ ਵਾਲਾ ਜਿਹੜਾ ਤੁਸੀਂ ਲੁੱਕ ਰੱਖੀ ਹੋਈ ਟਰੈਕਟਰ ਦੀ ਅਤੇ ਬਾਕੀ 9854562622 ਦਾ ਨੰਬਰ ਆ ਅਤੇ ਜ਼ਰੂਰ ਕਾਲ ਕਰਿਓ ਅਤੇ ਪਹੁੰਚੋ ਜ਼ਰੂਰ ਜੇ ਕਿਸੇ ਨੇ ਕੋਈ ਵੀ ਟਰੈਕਟਰ ਇੱਥੋਂ ਮੋਡੀਫਾਈ ਕਰਾਉਣਾ ਤਾਂ ਇੱਕ ਵਾਰੀ ਦੇਖ ਕੇ ਜ਼ਰੂਰ ਜਾਇਓ ਕਿਉਂਕਿ ਟਰੈਕਟਰ ਇੱਥੇ ਹਰ ਟਾਈਮ ਖੁੱਲ੍ਹੀ ਰਹਿੰਦੇ ਨੇ ਨਾ ਬਾਈ ਹਾਂਜੀ ਹਾਂਜੀ ਪਿੱਛੇ ਆਪਣੇ ਉਧਰ ਗਰਾਊਂਡ 'ਚ ਵੀ ਟਰੈਕਟਰ ਖੜੇ ਆਈ ਹਾਂਜੀ ਬਹੁਤ ਹਾਂ 9811 ਵੀ ਖੜਿਆ ਸਕਾਊਟ ਵੀ ਆਇਆ ਹੋਇਆ ਸਕਾਊਟ ਵੀ ਆਇਆ ਹੋਇਆ ਕੱਲਾ ਇਸ਼ਰ ਨੂੰ ਛੱਡ ਕੇ ਤਕਰੀਬਨ ਆਪਾਂ ਸਾਰੀ ਕਰਦੇ ਕੱਲਾ ਇਸ਼ਰ ਰਹਿ ਗਿਆ ਜੀ ਕੱਲਾ ਇਸ਼ਰ ਰਹਿ ਗਿਆ ਹਾਂਜੀ ਹਾਂਜੀ ਤੇ ਬਾਕੀ ਉਧਰ ਸਕਾਊਟ ਖੜਾ ਹੈਗਾ ਇਹਨਾਂ ਦੇ ਪਲੇਟਫਾਰਮ ਵੀ ਬਣ ਕੇ ਲੱਗਦੇ ਆ ਜੀ ਹਾਂਜੀ ਇਹਦੇ ਪਲੇਟਫਾਰਮ ਲੱਗਣੇ ਇਹਦੇ ਲਾਤਾ ਜੀ ਇਹਦੇ ਲਾਤਾ ਹਾਂਜੀ ਹਾਂ ਜੀ ਬੈਂਪਰ ਉਪਰ ਬਣੀ ਜਾਂਦੇ ਆ ਜੀ ਉਹ ਇੱਕ ਚੀਜ਼ ਆ ਬਾਈ ਚੀਜ਼ ਜੈਨੂਇਨ ਨਹੀਂ ਲੱਗਦੀ ਹੈ ਨਾ ਸਾਰੀ ਆ ਦੇਖੋ ਜੀ ਇੱਕ ਵਾਰ ਦੇਖਣ ਨੂੰ ਤਾਂ ਬੋਲੂਗਾ ਬਾਈ ਜਿਹੜੀ ਗੱਲ ਹੈਗੀ ਹਾਂ ਬਾਕੀ ਚਾਦਰ ਵੀ ਵਧੀਆ ਹੈ ਵੀ ਆ ਪੂਰਾ ਹੈਵੀ ਆ ਜੀ ਐਂ ਨਹੀਂ ਹੈਗਾ ਵੀ ਉਹ ਹਲਕਾ ਹੀ ਨਹੀਂ ਹੈਗਾ ਜੀ ਪੇਂਟ ਵੀ ਨਾ ਪ੍ਰਾਈਮਰ ਲੱਗਿਆ ਹੋਇਆ ਜੀ ਪ੍ਰਾਈਮਰ ਲੱਗਿਆ ਹੋਇਆ ਇਹ ਪੇਂਟ ਵਾਲੇ ਨੇ ਇਹ ਬਹੁਤ 3600 ਆ ਗਏ ਜੀ ਆ 3600 ਆ ਨਾ 9811 ਇਹਦੇ ਵੀ ਪਲੇਟਫਾਰਮ ਬੈਂਪਰ ਸਾਰਾ ਉਹ ਕਿਹੜਾ ਬਾਈ ਉਹ ਸਕਾਊਟ ਆਈ 355 ਜੀ ਸਕਾਊਟ 355 ਠੀਕ ਆ ਸੋ ਬਾਈ ਜੇ ਗੱਲ ਕਰੀਏ ਜਵੰਦਾ ਫਾਰਮ 9854562662 ਅਤੇ ਏਰੀਆ ਬਰਨਾਲਾ ਅਤੇ ਪਿੰਡ ਸਰਜੀਤਪੁਰਾ ਕੋਠੀ ਜੀ ਅਤੇ ਕਰ ਦਿਓ ਸ਼ੇਅਰ ਦੋਸਤੋ ਜੇ ਚੰਗੀ ਲੱਗੀ ਅਤੇ ਬਾਕੀ ਬਾਈਆਂ ਨੂੰ ਵੀ ਵਧਾਈਆਂ ਦਿਓ ਅਤੇ ਬਾਈਆਂ ਦਾ ਟਰੈਕਟਰ ਜਿਹੜਾ ਅੱਜ ਦੁਬਾਰਾ ਮੋਡੀਫਾਈ ਹੋ ਕੇ ਘਰ ਜਾ ਰਿਹਾ ਖੁਸ਼ੀ ਬਾਈ ਬਹੁਤ ਆ ਬਹੁਤ ਖੁਸ਼ੀ ਹੈ ਬੇਟੇ ਅਤੇ ਹੁਣ ਮੁੱਲ ਮੁੜ ਗਿਆ ਪੂਰਾ ਵਧਾਈਆਂ ਬਾਈ ਤੁਹਾਨੂੰ ਬਹੁਤ ਧੰਨਵਾਦ ਠੀਕ ਹੈ ਵਧਾਈਆਂ ਪੁੱਤ ਤੁਹਾਨੂੰ ਧੰਨਵਾਦ ਬੇਟੇ ਕੁਝ ਕਹਿਣਾ ਚਾਹੁੰਦਾ ਬਸ ਇਹ ਸਿਰਾ ਗੱਲਬਾਤ ਸਿਰਾ ਗੱਲਬਾਤ